पंजाब में योगा को बढ़ावा देने के लिए पंजाब सरकार ने बड़ी पहल की है। आपको बता दें कल से योगा की नई शुरुआत होने जा रही है। सीएम दी योगशाला का शुभारंभ होगा। इसके लिए पटियाला में विशेष कार्यक्रम का आयोजन किया जाएगा। स्वास्थ्य मंत्री डॉक्टर बलवीर सिंह ने बताया कि इस मुहिम के जरिए प्रदेश के लोगों को योग के प्रति जागरूक किया जाएगा। पटियाला में होने वाले शुभारंभ कार्यक्रम में दिल्ली के मुख्यमंत्री अरविंद केजरीवाल, पंजाब के सीएम भगवंत मान के साथ कई गणमान्य लोग मौजूद रहेंगे। ਸਾਡੇ ਜਿਹੜੇ 2500 ਸਾਡੇ ਕੋਲੇ ਆਲਰੇਡੀ ਵੈਲਨੈਸ ਸੈਂਟਰ ਹੈਗਾ ਉਹ 2500 ਵੈਲਨੈਸ ਸੈਂਟਰ ਤੇ ਵੀ ਸ਼ੁਰੂ ਕਰਾਂਗੇ ਅਸੀਂ ਇਨ ਫੇਸਡ ਮੈਨਰ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲੇ 16 ਸਾਡੇ ਕੋਲੇ ਆਯੁਰਵੈਦਿਕ ਕਾਲਜ ਹੈ ਉਹ ਆਪਣੀ ਐਕਟੀਵਿਟੀ ਕਰਨਗੇ ਔਰ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿ ਜਿਸ ਤਰ੍ਹਾਂ ਸਾਡੀ ਸਪੋਰਟਸ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਆ NIS ਹੈ ਇਹਨਾਂ ਵਿੱਚ ਸਾਰਿਆਂ ਵਿੱਚ ਯੋਗਾ ਦੇ ਕੋਰਸਿਸ ਆ ਗਿਆ ਉਹ ਵੀ ਆਪਣੇ ਲੈਵਲ ਦੇ ਉੱਤੇ ਜਿਹੜਾ ਹੈਗਾ ਇਹ ਸਮਾਜ ਦੇ ਨਾਲ ਇੰਟੈਗਰੇਟ ਕਰਕੇ ਔਰ ਇਹਦੇ 'ਚ ਅਸੀਂ ਯੋਗਾ ਦੀ ਖਾਸ ਗੱਲ ਇਹ ਆ ਵੀ 25-30 ਬੰਦਿਆਂ ਨੇ ਇਕੱਠੇ ਹੋ ਕੇ ਯੋਗਾ ਕਰਨਾ ਜਦੋਂ ਗੱਲ ਹੋਵੇ ਆਈ ਦੀ ਆਈ ਦਾ ਮਤਲਬ ਹੈ ਆਈ ਮੀਨਸ ਜਦੋਂ ਬੰਦਾ ਕਹਿੰਦਾ ਮੈਂ ਕਰੂੰਗਾ ਆਈ ਮੀਨਸ ਇਲਨੈਸ ਜਦੋਂ ਲੋਕ ਇਕੱਠੇ ਹੋ ਜਾਂਦੇ ਉਹਨੂੰ ਵੀ ਕਹਿੰਦੇ ਆ ਵੀ ਮੀਨਸ ਵੈਲਨੈਸ ਸੋ ਇਹ ਅਸੀਂ ਉਹਦੇ 'ਤੇ ਸਾਡਾ ਜਿਹੜਾ ਕੋਨਸੈਪਟ ਹੈ ਮਾਨ ਸਾਹਿਬ ਦਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਉਹ ਹੈਗਾ ਕਿ ਲੋਕਾਂ ਨੂੰ ਬਿਨਾਂ ਦਵਾਈ ਤੋਂ ਉਹਨਾਂ ਨੂੰ ਬਿਮਾਰੀ ਤੋਂ ਬਚਾਉਣਾ ਚੰਗੀ ਸਿਹਤ ਵਾਸਤੇ ਕੰਮ ਕਰਨਾ ਔਰ ਉਹਨਾਂ ਨੂੰ ਜਿਹੜਾ ਹੈਗਾ ਤਾਂ ਕਿ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਜਾਣ ਦੀ ਬਹੁਤ ਘੱਟ ਲੋੜ ਪਵੇ ਕਿਉਂਕਿ ਜਿਹੜਾ ਆਪਣੇ ਬਲੱਡ ਪ੍ਰੈਸ਼ਰ ਹੈ ਜਾਂ ਸ਼ੂਗਰ ਹੈ ਇਹਨੂੰ ਅਸੀਂ ਘੱਟੋ ਘੱਟ ਵੀ ਜਿਹੜਾ ਹੈਗਾ ਡਿਲੇ ਕਰ ਸਕਦੇ ਹਾਂ ਇਸ ਤੋਂ ਬਚ ਸਕਦੇ ਹਾਂ ਲਾਈਫ ਸਟਾਈਲ ਡਿਜ਼ੀਜ਼ ਹੈ ਚਾਹੇ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਓਬੈਸਟੀ ਹੈ ਈਵਨ ਜਿਹੜਾ ਕੈਂਸਰ ਹੈ ਟੂ ਗ੍ਰੇਟ ਐਕਸਟੈਂਟ ਉਹਦੇ ਵਿੱਚ ਵੀ ਜ਼ਿਆਦਾ ਫੈਕਟਰ ਇਨਵਾਇਰਮੈਂਟਲ ਫੈਕਟਰ ਹੈਗੇ ਆ ਸੋ ਇਹਨਾਂ ਸਾਰਿਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਚਾਹੇ ਜਿੰਨੀਆਂ ਵੀ ਉਹਨੂੰ ਸਾਈਕੋਸੋਮੈਟਿਕ ਡਿਜ਼ੀਜ਼ ਵੀ ਕਹਿੰਦੇ ਆ तो कल से पंजाब में शुरू होने वाले सीएम दी योगशाला को लेकर हमारे सहयोगी रणदीप सिंह ने कैबिनेट मंत्री डॉक्टर बलबीर सिंह से खास बातचीत की। पंजाब सरकार दे वलों का नवा उपरला शुरू किया जा रहा है, योगशाला शुरू की जा रही है। तो पंजाब के चार वड्डे शहरों के कल शुरुआत होगी। तो डॉक्टर बलबीर साढ़े नाल सेहत मंत्री डॉक्टर साहब किस तरह की कल जी शुरुआत की जा रही है पटियाले? देखो कल साढ़े सीएम भगवंत मान जी और श्री अरविंद केजरीवाल जी जो रंगला पंजाब बनाना चाहते हैं वो सब तो जी अहम कड़ी है वो सीएम दी योगशाला प्रोग्राम शुरू कर रहे हैं। वास्ते कल एक पायलट प्रोजेक्ट है जो श्री अमृतसर साहब लुधियाना फगवाड़ा और पटियाला से शुरू हो रहा है जिसे 60 ट्रेन टीचर है और जिवें पटियाले दे विच हैगे आ उह असीं जिहड़ी मतलब एक बंदा चार जगह कराएगा 80 जिहड़ियां जगह हैगियां असीं आइडेंटीफाई कर लईआं हैगियां उत्थे योगा शुरू होएगा फेस मैनर दे विच और उस तों बाद असीं जिहड़ी हैल्पलाइन नंबर दित्ता हैगा उह हैल्पलाइन नंबर जिहड़ा वी उहदे ते कॉल करेगा ਉਦੋਂ ਉਹਨੂੰ ਅਸੀਂ ਫ੍ਰੀ ਟੀਚਰ ਯੋਗਾ ਟੀਚਰ ਪ੍ਰੋਵਾਈਡ ਕਰਾਂਗੇ ਜਿੱਥੇ ਵੀ ਲੋਕ ਪੰਜਾਬ ਦੇ ਹਰ ਮਹੱਲੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਔਰ ਹਰ ਪਿੰਡ ਦੇ ਵਿੱਚ ਇਹ ਯੋਗਾ ਜਿਹੜਾ ਲੋਕਾਂ ਨੂੰ ਕਰਾਉਣ ਦੀ ਸੁਵਿਧਾ ਦਿੱਤੀ ਜਾਏਗੀ ਔਰ ਇਹ ਨਿਸ਼ੁਲਕ ਹੋਏਗਾ ਲੋਕਾਂ ਵਾਸਤੇ ਔਰ ਉਹਦੇ ਵਿੱਚ ਲੋਕਾਂ ਨੂੰ ਆਹਾਰ ਵਾਸਤੇ ਉਹਨਾਂ ਨੇ ਖਾਣਾ ਕੀ ਆ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਨਾਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਟ੍ਰੈਸ ਮੈਨੇਜਮੈਂਟ ਵੀ ਹੋਏਗੀ ਪ੍ਰਾਣਾਯਾਮ ਹੋਏਗਾ ਯੋਗਿਕ ਐਕਸਰਸਾਈਜ਼ ਹੋਣਗੀਆਂ ਸੋ ਇੱਕ ਬਿਹਤਰ ਇੱਕ ਆਰਟ ਆਫ ਲਿਵਿੰਗ ਜੋ ਹੈ ਉਹ ਲੋਕਾਂ ਨੂੰ ਸਿਖਾਇਆ ਜਾਏਗਾ। ਡਾਕਟਰ ਸਾਹਿਬ ਕੌਣ ਕੌਣ ਪਹੁੰਚ ਰਿਹਾ ਹੈਗਾ ਕੱਲ੍ਹ? ਕੱਲ੍ਹ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮੁੱਖ ਮੰਤਰੀ ਔਰ ਸ਼੍ਰੀ ਭਗਵੰਤ ਮਾਨ ਜੀ ਦੋਨੋਂ ਮੁੱਖ ਮੰਤਰੀ ਔਰ ਬਹੁਤ ਸਾਰੇ ਉਹਨਾਂ ਦੇ ਨਾਲ ਜਿਹੜੇ ਡਿਗਟਰੀਜ਼ ਆਣਗੇ ਉਹ ਤੁਸੀਂ ਕੱਲ੍ਹ ਨੂੰ ਸਾਰੇ ਸਾਡੇ MLAs ਔਰ ਸਾਡੇ ਕੁਝ ਮਿਨਿਸਟਰਸ ਵੀ ਰਹਿਣਗੇ ਉੱਥੇ ਉਹ ਸਾਰਾ ਕੁਝ ਤੁਹਾਨੂੰ ਜਿਹੜਾ ਹੈਗਾ ਉਹ ਸ਼ਾਮ ਤੱਕ ਜਿਹੜਾ ਪ੍ਰੋਗਰਾਮ ਸਾਡਾ ਫਾਈਨਲ ਹੋ ਜਾਏਗਾ ਬਾਕੀ ਸਾਰੇ ਡਿਗਟਰੀਜ਼ ਦੀ ਲਿਸਟ ਵੀ ਅਸੀਂ ਜਾਰੀ ਕਰਦਾ। ਡਾਕਟਰ ਸਾਹਿਬ ਕਾਰਨ ਕੀ ਰਿਹਾ ਹੈਗਾ ਯੋਗਾ ਸ਼ੁਰੂ ਕਰਨ ਦਾ? ਉਹਦਾ ਕਾਰਨ ਇਸ ਕਰਕੇ ਆ ਕਿ ਪੰਜਾਬ ਦੇ ਵਿੱਚ 100 ਤੋਂ ਵੱਧ ਜਿਹੜੇ ਹੈਗੇ ਆ ਨਾ ਜੀ ਉਹ ਡਾਇਲਸਿਸ ਦੇ ਸੈਂਟਰ ਬਣੇ ਹੋਏ ਆ। ਬੜਾ ਪੇਨਫੁਲ ਪ੍ਰੋਸੀਜਰ ਹੈ, ਹਫ਼ਤੇ 'ਚ 2 ਵਾਰ ਕਰਾਉਣਾ ਪੈਂਦਾ, ਬੰਦਾ ਹੋਰ ਕੁਛ ਨਹੀਂ ਕਰ ਸਕਦਾ। ਗੁਰਦਿਆਂ ਦੀ ਜਿਹੜੇ ਬਦਲਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਕੈਂਸਰ ਦੇ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਸਟੈਂਟ ਪਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਜਿਹੜੀ ਅਸੀਂ ਡਿਜ਼ੀਜ਼ ਨੂੰ ਲਾਸਟ ਸਟੇਜ 'ਤੇ ਟੈਕਲ ਕਰ ਰਹੇ ਸੀਗੇ। ਅਸੀਂ ਉਸ ਤੋਂ ਇੱਕ ਪਹਿਲਾ ਸਟੈਪ ਸੀਗਾ ਅਰਲੀ ਡਿਟੈਕਸ਼ਨ ਅਤੇ ਟ੍ਰੀਟਮੈਂਟ, ਉਹ ਜਿਵੇਂ ਅਸੀਂ ਆਮ ਆਦਮੀ ਕਲੀਨਿਕ ਦੇ ਵਿੱਚ 90% ਲੋਕਾਂ ਦਾ ਤਾਂ ਕਿ ਬਲੱਡ ਪ੍ਰੈਸ਼ਰ ਦਾ ਇਲਾਜ ਹੋ ਜਾਵੇ, ਸ਼ੂਗਰ ਦਾ ਇਲਾਜ ਹੋ ਜਾਵੇ, ਗੁਰਦੇ ਫੇਲ ਨਾ ਹੋਣ, ਪੈਰਾਲਿਸਿਸ ਨਾ ਹੋਵੇ ਔਰ ਕੈਂਸਰ ਦੀ ਡਿਟੈਕਸ਼ਨ ਹੋ ਜਾਵੇ ਉਸ ਸਟੇਜ 'ਤੇ ਕਿਊਰੇਬਲ ਹੁੰਦਾ ਉਹ। ਸੋ ਉਹ ਉਪਰਾਲਾ ਕੀਤਾ, ਹੁਣ ਉਸ ਤੋਂ ਇੱਕ ਸਟੈਪ ਅੱਗੇ ਜਾ ਕੇ ਮਾਨ ਸਾਹਿਬ ਨੇ ਕਿਹਾ ਵੀ ਨਹੀਂ, ਬੰਦਾ ਬਿਮਾਰ ਹੀ ਨਹੀਂ ਹੋਣਾ ਚਾਹੀਦਾ, ਤੰਦਰੁਸਤ ਹੋਣਾ ਚਾਹੀਦਾ, ਉਹਦੀ ਸਿਹਤ ਇੰਨੀ ਅੱਛੀ ਕਰ ਦਿਓ। ਜੇ ਬੰਦਾ ਯੋਗਾ ਕਰਦਾ ਹੋਏਗਾ, ਸਟ੍ਰੈਸ ਮੈਨੇਜਮੈਂਟ ਉਹਨੂੰ ਆਉਂਦੀ ਹੋਏਗੀ, ਐਕਸਰਸਾਈਜ਼ ਕਰਦਾ ਹੋਏਗਾ, ਆਪਣਾ ਵੇਟ ਠੀਕ ਰੱਖੇਗਾ, ਖਾਣਾ ਠੀਕ ਖਾਏਗਾ, ਵਾਤਾਵਰਨ ਠੀਕ ਹੋਏਗਾ, ਇਨਵਾਇਰਮੈਂਟ ਠੀਕ ਹੋਏਗਾ, ਤਾਂ ਲੋਕ ਬਿਮਾਰ ਹੋਣਾ ਬਹੁਤ ਘੱਟ ਜਾਣਗੇ, ਬੰਦ ਨਹੀਂ ਹੋ ਜਾਂਦੇ, ਕੁਛ ਬਿਮਾਰੀ ਰਹੇਗੀ 2-4-5%। ਇਸ ਵੇਲੇ ਬਹੁਤ ਜ਼ਿਆਦਾ ਡਿਜ਼ੀਜ਼ ਬਰਡਨ ਬਹੁਤ ਹੈ, ਉਹਦੇ 'ਤੇ ਖਰਚਾ ਬਹੁਤ ਹੈ, ਗੁਰਦੇ ਬਦਲਣਾ, ਲਿਵਰ ਬਦਲਣਾ ਬਹੁਤ ਕੋਸਟਲੀ ਟ੍ਰੀਟਮੈਂਟਸ ਹੈ, 15-15-20-20 ਲੱਖ ਰੁਪਏ। ਲੇਕਿਨ ਜੇ ਆਪਾਂ ਉਹਦੇ 'ਚ ਉਹਦਾ ਅਰਲੀ ਟ੍ਰੀਟਮੈਂਟ ਕਰ ਲਈਏ ਉਹ ਬੜਾ ਸੌਖਾ ਹੈਗਾ ਜੀ, ਉਹਦੇ 'ਚ ਬੜਾ ਸਸਤਾ ਪੈਂਦਾ। ਬਟ ਜੇ ਆਪਾਂ ਯੋਗਾ ਕਰ ਲਈਏ ਫਿਰ ਤਾਂ ਜਮੇ ਫ੍ਰੀ ਵਰਗਾ ਹੀ ਆ ਨਾ, ਇੱਕ ਟੀਚਰ ਦੀ ਸੈਲਰੀ ਹੈਗੀ ਆ ਨਾ ਜੀ, ਔਰ ਇਹਦੇ ਨਾਲ ਬੱਚਿਆਂ ਨੂੰ ਜਿਹੜੇ ਯੋਗਾ ਬੱਚੇ ਸਿਖਾਉਣਗੇ ਉਹਨਾਂ ਨੂੰ ਇੱਕ ਰੁਜ਼ਗਾਰ ਮਿਲੇਗਾ, ਇਹ ਵਧੀਆ ਰੁਜ਼ਗਾਰ ਹੈ। ਜਿਹੜਾ ਕੈਂਸਰ ਦਾ ਇਲਾਜ ਕਰ ਰਿਹਾ ਉਹ ਵੀ ਰੁਜ਼ਗਾਰ ਹੈ,
बट जो योगा करा रहे हो मेरे हिसाब से एक बढ़िया रोजगार है, लोगों को बीमारियों तो बचा रहे हैं, उनकी क्वालिटी ऑफ लाइफ बहुत अच्छी हो जाएगी लोगों की। डॉक्टर साहब चार शहरों के विच खुलेगा आने वाले समय के विच होर भी होएगा कि पूरे शहर में पंजाब, पूरे पंजाब च होएगा जी, हर शहर च होएगा, हर पिंड च होएगा, हर गली च होएगा, हर मोहल्ले च होएगा। मैं तो तुहानूं कहता रहा जी, जिहड़ा असीं हेल्पलाइन नंबर दिता हैगा ना जी, उहदे जिथे भी उह मतलब 6779400500 जिथे भी जिहड़ा भी उहदे ते कॉल करेगा इस नंबर के उत्ते, असीं उत्थे योगा का टीचर प्रोवाइड करांगे और बहुत ज़्यादा एक्सपेंशन होएगी। असीं आने वाले बहुत जल्दी तो जल्दी पूरे पंजाब में शुरू होएगा, जिन्हें साढ़े हेल्थ एंड वैलनेस सेंटर है उन्होंने होएगा, जिन्हें साढ़े योगा के कॉलेजेस है मतलब आयुर्वैदिक के कॉलेज है उन्होंने शुरू होएगा इमीजिएटली, और बहुत सारी यूनिवर्सिटी और कॉलेजेस के प्रिंसीपल और स्कूलों के लोग शुरू करना चाहते हैं, उन्होंने भी असं बच्चों को यह भी सिखावे मतलब लाइफ साइंसिस भी सिखावे और उन्होंने जोड़ा है वो सर्वाइवल के वास्ते जिस तरह थोड़े फर्स्ट एड है वो भी कोर्सेज करावे। ये ऑप्शनल हो गए सारे कोर्सेज जो है वॉलंटरी होगा, लेकिन सारे बच्चों को सिखावे क्योंकि बच्चे सीखना चाहते हैं। डॉक्टर साहब कोरोना के भी लगातार केस बढ़ते जा रहे हैं, उन्होंने पंजाब सरकार किस तरह? हाँ वो वास्ते असी पूरा साड़ी जी पंजाब सरकार है सुचेत है जी, वो वास्ते असी पूरे जोड़ा है मतलब पैनिक नहीं होना चाहिए, कंसर्न हैगा वो वास्ते मॉक ट्रेल चल रही है साड़ी, अज भी है कल भी है साड़ी मॉक ट्रेल चल रही है, भी ऑक्सीजन के प्लांट सारे काम कर रहे हैं, बैड साढ़े को अवेलेबल है, साड़े इक्विपमेंट सारी काम कर रही है, डॉक्टर्स अवेलेबल है, और जड़े खास करके जड़े जड़िया दो डैथ हुई हैं, एक कैंसर का पेशेंट से दूजा शुगर का मरीज सगा, जड़े इम्यून कंप्रोमाइज पेशेंट है चाहे कैंसर है कीमोथेरेपी है शुगर है पैरालिसिस होया हो बहुत ज़्यादा बुजुर्ग है जां स्टीरॉयड लैंदे किसी वजह नाल, उन्होंने बेनती है कि थोड़ी देर अपना घरे रहो, प्रकॉशन लो, जे बाहर जाना तो मुँह ढक के जाओ, और जिन्होंने खांसी जुकाम हुई है उसका फर्ज बनता कि अपना इमीजिएटली आकर टैसट करावे और मास्क यूज करे। सो जे आप छोटी छोटी प्रकॉशन लवेंगे तो आप बड़ी मुसीबतों तो बच जाएंगे। सारे बेनती है कि कोऑपरेट करो, ये गवर्नमेंट प्रिपेयर्ड है जी, कोई चिंता की गल नहीं है, सारे असं किसी कोई दिक्कत नहीं आन देंगे, साडा कोई भी पेशेंट वेंटीलेटर से नहीं है, कोई भी पेशेंट साडा आईसीयू च नहीं है, अज की डेट के सारा कुछ ठीक है, सतगुरु सच्चे पातशाह मेहनत करेंगे जी, वधिया होएगा। सेहत मंत्री डॉक्टर बलबीर सिंह जिन्हों का साफ तौर पर कहना है तो कल जी है योगशाला शुरू होएगी, केजरीवाल भी पहुंच रहे हैं, सरदार भगवंत सिंह मान मुख्यमंत्री पंजाब पहुंच रहे हैं, तो एक टोल फ्री नंबर भी जोड़ा है इन्हों वालों जारी किया गया है। बाकी कोरोना के जिम्मे बदले पेशेंट ने तो उन्होंने वालों भी कहते घबराने की लड़ नहीं, पूरे जोड़े इंतजाम है वो पंजाब सरकार ने हर होस्पिटल के हुए हैं, पैनिक होने की लड़ नहीं हैगी। बाकी होर अपडेट्स लिए देखते रहो MH1 न्यूज़, कैमरा परसन अमरीश के नाल रणदीप सिंह पटियाला।